ਕੱਛ ਤੇ ਹੰਝੂ ਬਹਾਉਣਾ, ਇਹਦੇ ਬਾਰੇ ਪੜ੍ਹਿਆ ਤਾਂ ਹੈਗਾ ਸੀ ਪਰ ਦੇਖਿਆ ਅੱਜ ਪਹਿਲੀ ਵਾਰੀ ਜਦੋਂ ਬੀਜੇਪੀ ਦੇ ਪੰਜਾਬ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ ਮੀਡੀਆ ਦੇ ਰੂਬਰੂ ਹੋ ਰਹੇ ਸੀ। ਮੀਡੀਆ ਦੇ ਰੂਬਰੂ ਹੁੰਦਿਆਂ ਜਾਖੜ ਸਾਹਿਬ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬੁਰੀ ਤਰ੍ਹਾਂ ਫੇਲ ਹੈ ਕਿਉਂਕਿ ਨਾ ਨਸ਼ਿਆਂ ਤੇ ਕਾਬੂ ਪਿਆ, ਨਾ ਗੈਂਗਸਟਰਵਾਦ ਕਾਬੂ ਆਇਆ ਤੇ ਨਾ ਲਾ ਐਂਡ ਆਰਡਰ ਸੁਧਰਿਆ। ਮੈਂ ਜਾਖੜ ਸਾਹਿਬ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਹਾਂ ਕਿ ਜਿਨ੍ਹਾਂ ਸਰਕਾਰਾਂ ਵੇਲੇ ਇਹ ਮੁੱਦੇ ਉਭਰੇ ਤੁਸੀਂ ਉਹਨਾਂ ਸਰਕਾਰਾਂ ਦੇ ਵਿੱਚ ਹੀ ਰਹੇ ਹੋ। ਅੱਜ ਜਿਸ ਪਾਰਟੀ ਦੇ ਲਈ ਤੁਸੀਂ ਪੀਸੀ ਕਰ ਰਹੇ ਹੋ, 2007 ਤੋਂ ਲੈ ਕੇ 2017 ਤੱਕ ਕਿਹਦੀ ਸਰਕਾਰ ਸੀ? ਅਕਾਲੀ ਦਲ ਤੇ ਬੀਜੇਪੀ ਦੀ ਸਰਕਾਰ ਸੀ। ਜੇ ਪੰਜਾਬ ਦੇ ਵਿੱਚ ਗੈਂਗਸਟਰ ਪੈਦਾ ਹੋਏ ਤਾਂ ਉਸ ਸਮੇਂ ਦੇ ਦਰਮਿਆਨ ਹੋਏ। ਜੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਦਰਿਆ ਵਿਹਾ ਤਾਂ ਅਕਾਲੀ ਬੀਜੇਪੀ ਦੀ ਸਰਕਾਰ ਵੇਲੇ ਹੋਇਆ। ਜੇ ਪੰਜਾਬ ਦੇ ਵਿੱਚ ਬੇਅਦਬੀ ਵਰਗੀ ਦੁਰਖਾਂਤ ਵਾਪਰਿਆ ਤਾਂ ਉਦੋਂ ਵੀ ਤੁਹਾਡੀ ਹੀ ਸਰਕਾਰ ਸੀ। ਔਰ ਇੰਨਾ ਹੀ ਕਾਫੀ ਨਹੀਂ ਹੈ, 2017 ਤੋਂ ਲੈ ਕੇ 2022 ਦੀ ਜੋ ਸਰਕਾਰ ਬਣੀ ਉਹਦੇ ਤੁਸੀਂ ਪ੍ਰਧਾਨ ਸੀ, ਮੁੱਖ ਮੰਤਰੀ ਤੁਹਾਡਾ ਸੀ, ਤੁਸੀਂ ਗੁਟਕਾ ਸਾਹਿਬ ਦੀ ਸਹੁੰ ਵੀ ਖਾਧੀ ਸੀ ਪਰ ਤੁਸੀਂ ਕੁਛ ਕਰ ਨਹੀਂ ਸਕੇ। ਅੱਜ ਸਿਰਫ ਅਤੇ ਸਿਰਫ ਤੁਸੀਂ ਇਲਜ਼ਾਮ ਤਰਾਸ਼ੀ ਕਰ ਰਹੇ ਹੋ। ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਦੇ ਵਿੱਚ ਇੱਕ ਬਿਹਤਰ ਕੰਮ ਕਰ ਰਹੀ ਹੈਗੀ ਹੈ। ਜੇ ਤੁਸੀਂ ਆਲੇ ਦੁਆਲੇ ਦੀਆਂ ਸਟੇਟਾਂ ਦੀ ਗੱਲ ਕਰੋ ਉਹਨਾਂ ਨਾਲੋਂ ਬਿਹਤਰ ਲਾ ਐਂਡ ਆਰਡਰ ਇੱਥੇ ਹੈਗਾ। ਇਹ ਮੈਂ ਨਹੀਂ ਕਹਿੰਦਾ, ਇਹ ਨੈਸ਼ਨਲ ਕ੍ਰਾਈਮ ਰਿਕਾਰਡ ਜਿਹੜੀ ਬਿਊਰੋ ਹੈ ਉਹਦਾ ਡਾਟਾ ਦੱਸਦਾ ਹੈਗਾ। ਔਰ ਦੂਸਰੀ ਵੱਡੀ ਗੱਲ ਜਿਹੜੀ ਹੈਗੀ ਹੈ ਕਿ ਅਸੀਂ ਪਿਛਲੇ 2 ਸਾਲਾਂ ਦੇ ਵਿੱਚ 32,000 ਤੋਂ ਵੱਧ ਡਰੱਗ ਤਸਕਰ ਫੜੇ ਹੈਗੇ ਆ, 24,000 ਤੋਂ ਵੱਧ ਜਿਹੜਾ ਹੈਗਾ ਅਸੀਂ FIR ਕੀਤੀਆਂ ਹੈਗੀਆਂ। ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਇਸ ਲਈ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਆ, ਜਿੱਥੇ ਉਹ ਪੰਜਾਬ ਜਿੱਥੇ ਹਰ ਇੱਕ ਦੇ ਵਿੱਚ ਖੁਸ਼ਹਾਲੀ ਹੋਵੇ, ਜਿੱਥੇ ਸਾਡਾ ਨੌਜਵਾਨ ਨੂੰ ਰੁਜ਼ਗਾਰ ਮਿਲੇ, ਜਿੱਥੇ ਸਾਡਾ ਕਿਸਾਨ ਖੁਸ਼ਹਾਲ ਹੋਵੇ, ਜਿੱਥੇ ਵਪਾਰੀ ਬਿਨਾਂ ਡਰ ਤੋਂ ਆਪਣਾ ਵਪਾਰ ਕਰ ਸਕਦਾ ਹੋਵੇ। ਸੋ ਆਪਣੀਆਂ ਜਿਹੜਾ ਫੇਲਰ ਨੇ ਉਹ ਸਾਡੇ ਸਿਰ ਨਾ ਮੜੋ। ਔਰ ਦੂਸਰੀ ਗੱਲ, ਤੁਸੀਂ ਕਿਹਾ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਗੁੰਮਰਾਹ ਕਰ ਰਹੀ ਹੈ। ਤੁਸੀਂ ਕਿਸਾਨਾਂ ਨੂੰ ਬੇਵਕੂਫ ਸਮਝਦੇ ਹੈਗੇ ਹੋ? ਕਿਸਾਨਾਂ ਦੀ ਲੀਡਰਸ਼ਿਪ ਇੱਕ ਬਿਹਤਰੀਨ ਤੇ ਸੁਲਝੀ ਹੋਈ ਲੀਡਰਸ਼ਿਪ ਹੈ, ਉਹਨਾਂ ਨੂੰ ਕੋਈ ਗੁੰਮਰਾਹ ਨਹੀਂ ਕਰ ਸਕਦਾ। ਤੁਸੀਂ ਆਪਣੀ ਕਾਰਗੁਜ਼ਾਰੀ ਦੇਖੋ, ਉਹ ਜਿੱਦਾਂ ਕਹਿੰਦੇ ਹੈ ਨਾ, ਐਕਸ਼ਨ ਸਪੀਕਸ ਲਾਊਡਰ ਦੈਨ ਵਰਡਸ। ਤੁਸੀਂ ਕਿਸਾਨਾਂ ਲਈ ਕੀਤਾ ਕੀ ਹੈ? 2013 ਦੇ ਵਿੱਚ ਤੁਸੀਂ ਕਿਸਾਨਾਂ ਦੇ ਨਾਲ ਵਾਅਦਾ ਕੀਤਾ, ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ ਅਸੀਂ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ, ਅਸੀਂ ਕਿਸਾਨਾਂ ਨੂੰ MSP ਦੀ ਕਾਨੂੰਨੀ ਗਰੰਟੀ ਦੇਵਾਂਗੇ ਤੇ ਅਸੀਂ ਜਿਹੜਾ ਹੈਗਾ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ। ਹੋਇਆ ਕੀ ਸਵਾਮੀਨਾਥਨ ਦੀ ਰਿਪੋਰਟ ਲਾਗੂ ਹੋਗੀ? ਕੀ ਕਿਸਾਨਾਂ ਦੀ ਇਨਕਮ ਜਿਹੜੀ ਆ ਉਹ ਦੁੱਗਣੀ ਹੋਗੀ? ਕੀ MSP ਨੂੰ ਕਾਨੂੰਨੀ ਗਰੰਟੀ ਮਿਲ ਗਈ? ਇਹ ਤਾਂ ਤੁਸੀਂ ਕੀ ਕਰਨਾ ਸੀ, ਤੁਹਾਡੀ ਸਰਕਾਰ ਨੇ ਤੇ ਉਲਟਾ ਜਿਹੜਾ ਹੈਗਾ ਕਾਰਪੋਰੇਟ ਦੇ ਹੱਕ ਦੇ ਵਿੱਚ 3 ਕਾਨੂੰਨ ਲੈ ਕੇ ਆਉਂਦੇ ਜਿਨ੍ਹਾਂ ਲਈ ਪੂਰੇ ਮੁਲਕ ਦਾ ਕਿਸਾਨ ਉੱਠ ਖੜਾ ਹੋਇਆ, ਜਿਹਦੀ ਅਗਵਾਈ ਪੰਜਾਬ ਦੇ ਕਿਸਾਨ ਨੇ ਕੀਤੀ। ਔਰ ਅਲਟੀਮੇਟਲੀ ਤੁਹਾਨੂੰ ਝੁਕਣਾ ਪਿਆ, 750 ਕਿਸਾਨ ਸ਼ਹੀਦ ਹੋ ਗਿਆ, ਲੇਕਿਨ ਉਸ ਦੇ ਵਿੱਚ ਤੁਸੀਂ ਵਾਅਦਾ ਕੀਤਾ ਸੀ ਕਿ ਅਸੀਂ MSP ਨੂੰ ਕਾਨੂੰਨੀ ਗਰੰਟੀ ਦੇਵਾਂਗੇ, ਜਿਹੜੀ ਕਿ ਅੱਜ ਵੀ ਨਹੀਂ ਮਿਲੀ। ਅੱਜ ਵੀ ਜਿਹੜਾ ਕਿਸਾਨ ਆ ਉਹ ਸੰਘਰਸ਼ਸ਼ੀਲ ਹੈ। ਸੋ ਐਵੇਂ ਥੁੱਕ ਨਾਲ ਬੜੇ ਨਹੀਂ ਪੱਕਦੇ, ਸਿਰਫ ਕਹਿਣ ਦੇ ਨਾਲ ਤੁਸੀਂ ਪੰਜਾਬ ਹਿਤੈਸ਼ੀ ਨਹੀਂ ਹੋ ਜਾਂਦੇ, ਕਿ ਸਿਰਫ ਕਹਿਣ ਦੇ ਨਾਲ ਤੁਸੀਂ ਕਿਸਾਨ ਦੇ ਪੁੱਤ ਨਹੀਂ ਹੋ ਜਾਂਦੇ। ਜੇਕਰ ਤੁਸੀਂ ਕਿਸਾਨ ਦੇ ਪੁੱਤ ਹੋ ਤਾਂ ਕਿਸਾਨਾਂ ਨਾਲ ਖੜੋ। ਇਹ ਮੁੱਦੇ ਅੱਜ ਵੀ ਜਿਉਂਦੇ ਤਿਉਂ ਹੈਗੇ ਆ। ਤੁਸੀਂ ਜਾ ਕੇ ਮੋਦੀ ਸਾਹਿਬ ਨਾਲ ਗੱਲ ਕਰੋ ਤੇ ਸਾਡੇ ਤੇ ਇਹ ਤੋਹਮਤ ਲਾਓ ਕਿ ਅਸੀਂ ਉਹਨਾਂ ਨੂੰ ਭੜਕਾ ਰਹੇ ਹਾਂ। ਅਸੀਂ ਨਹੀਂ ਭੜਕਾ ਰਹੇ, ਉਹਨਾਂ ਦੇ ਆਪਣੇ ਹੱਕ ਨੇ, ਉਹਨਾਂ ਦੀਆਂ ਆਪਣੀਆਂ ਜਾਇਜ਼ ਮੰਗਾਂ ਨੇ ਜਿਹਦੇ ਲਈ ਉਹ ਸੰਘਰਸ਼ ਕਰ ਰਹੇ ਹੈ। ਸੋ ਜਾਖੜ ਸਾਹਿਬ, ਇਹ ਜਿਹੜਾ ਮੀਡੀਆ ਦੇ ਰੂਬਰੂ ਹੋ ਕੇ ਤੁਸੀਂ ਦੂਸ਼ਣਬਾਜ਼ੀ ਕਰ ਰਹੇ ਹੋ, ਇਲਜ਼ਾਮ ਤਰਾਸ਼ੀਆਂ ਕਰ ਰਹੇ ਹੋ, ਇਹਨਾਂ ਤੋਂ ਤੁਹਾਨੂੰ ਕੁਝ ਨਹੀਂ ਲੱਭਣਾ।
ਕਿਉਂਕਿ ਪੰਜਾਬ ਦੀ ਜਨਤਾ ਜਿਹੜੀ ਹੈ ਉਹ ਤੁਹਾਨੂੰ ਭਲੀ ਭੰਤ ਜਾਣਦੀ ਹੈ ਕਿ ਬੀਜੇਪੀ ਜਿਹੜੀ ਹੈ ਉਸ ਕਿਸ ਕਿਰਦਾਰ ਦੀ ਪਾਰਟੀ ਹੈ, ਕਿੱਦਾਂ ਦੀ ਉਹ ਰਾਜਨੀਤੀ ਕਰਦੀ ਹੈ, ਕਿੰਨਾ ਕੁ ਉਹ ਲੋਕਾਂ ਦੇ ਹੱਕ ਵਿੱਚ ਖੜਦੀ ਹੈ। ਸੋ ਮੈਂ ਤਾਂ ਆਖਿਰ 'ਚ ਤੁਹਾਨੂੰ ਇੱਕ ਵਾਰ ਫਿਰ ਇਹੀ ਕਹਾਂਗਾ ਕਿ ਐਕਸ਼ਨ ਸਪੀਕਸ ਲਾਊਡਰ ਦੈਨ ਵਰਡਸ। ਸੋ ਕਰਕੇ ਦਿਖਾਓ ਕੁਛ, ਸਿਰਫ ਗੱਲਾਂ ਨਾਲ ਗੱਲ ਨਹੀਂ ਬਣਦੀ।